ਇੱਥੇ ਖੋਲ੍ਹ ਦੇ ਬਣਾਇਆ, ਇੱਥੇ ਸੁਣ ਜੇ ਸਾਰਾ ਸਟੇਜ ਤੋਂ ਸਰ। ਥੈਂਕ ਯੂ, ਬਹੁਤ ਅੱਛੀ ਸਾਊਂਡ ਸਾਡੇ ਭਾਜੀ ਡਿੱਪਲ ਜੀ ਕਹਿੰਦੇ ਕਿ ਚੰਗਾ ਖੇਡੇ ਵਾਲਿਆਂ ਨੂੰ ਚੰਗੀ ਗਰਾਊਂਡ ਚਾਹੀਦੀ ਹੈ ਅਤੇ ਚੰਗਾ ਗਾਉਣ ਵਾਲਿਆਂ ਨੂੰ ਬਾਪੂ ਜੀ ਮਾਣ ਕਰਕੇ ਹੈ, ਚੰਗੀ ਸਾਊਂਡ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ। ਬਹੁਤ
ਸਰਦਾਰ ਡੀਐਸਪੀ ਸਾਹਿਬ ਦਰਸ਼ਨ ਸਿੰਘ ਸੰਧੂ ਸਾਹਿਬ ਔਰ ਸਾਡੇ ਜਸਵੰਤ ਸਿੰਘ ਜੀ ਸਰਪੰਚ ਸਾਹਿਬ ਬਹੁਤ ਸਾਰਾ ਆਸ਼ੀਰਵਾਦ ਲੈ ਕੇ ਬਹੁਤ ਬਹੁਤ ਧੰਨਵਾਦ। ਸਕੋਰ ਮਾਸਟਰ
ਵਾਲਾ
ਸਿੰਘਾਂ ਵੱਲੋਂ ਸਾਡੇ ਅੰਗਰੇਜ਼ ਜੀ ਬਰਾੜ ਸਾਹਿਬ, ਕੰਬੋਜ ਸਾਹਿਬ, ਬਾਈ ਜੀ ਸਾਡੇ ਪ੍ਰੈਸ ਤੋਂ ਮੀਡੀਆ ਤੋਂ ਮੈਂ ਜੀ ਬੈਠੇ ਸਾਰੇ ਸਤਿਕਾਰ ਕਰਦਾ, ਬਹੁਤ ਬਹੁਤ ਧੰਨਵਾਦ। ਕਹਿੰਦਾ ਬਸ ਦੋ ਦਿਨ ਜ਼ਿੰਦਗੀ ਦੇ ਚੰਗੇ ਗੁਣ ਦੱਸ ਲੈ ਗੁਰਾਈਆਂ ਦੱਸ ਲੈ ਬਸ ਦੋ ਦਿਨ ਜ਼ਿੰਦਗੀ ਦੇ ਚੰਗੇ ਗੁਣ ਦੱਸ ਲੈ ਗੁਰਾਈਆਂ ਦੱਸ ਲੈ ਰੋਟੀ ਕਰਨ ਤੇ ਰੋਟੀ ਨਰਮ ਮੈਂ ਮਿਲਦੀ ਰੋਟੀ ਕਰਨ ਤੇ ਰੋਟੀ ਨਰਮ ਮੈਂ ਮਿਲਦੀ ਭਾਗਾਂ ਵਾਲਿਆ ਹੋਰ ਤੇ ਫਸ ਗਏ ਹੋਰ ਤੇ ਕਰ ਕੋਈ ਹੋਰ ਹੀ ਜਾਂਦੇ ਆ ਅੱਜ ਮੈਂ ਗੱਲ ਸੁਣਾਉਣ ਲੱਗਿਆ ਇਸ ਫੋਟੋ ਦੀ ਸੁਣੋ ਗੱਲ ਚੋਰਾਂ ਨੂੰ ਮੋੜ ਤੇ ਫਸ ਗਏ ਹੋਰ ਤੇ ਕਰ ਕੋਈ ਹੋਰ ਹੀ ਜਾਂਦੇ ਆ ਚੱਕਰਾਂ ਚ ਪਾ ਗਿਆ ਬਾਪੂ ਅਖਵਾ ਗਿਆ ਪਾ ਗਿਆ ਤੇ ਮਰ ਕੋਈ ਹੋਰ ਹੀ ਜਾਂਦੇ ਆ ਮਰ ਕੋਈ ਹੋਰ ਹੀ ਜਾਂਦੇ ਸਮਝ ਲਿਓ ਆਪੇ ਸਮਝ ਲਿਓ ਚੋਰਾਂ ਨੂੰ ਮੋੜ ਤੇ ਫਸ ਗਏ ਹੋਰ ਤੇ ਕਰ ਕੋਈ ਹੋਰ ਹੀ ਜਾਂਦੇ ਆ ਚੱਕਰਾਂ ਚ ਪਾ ਗਿਆ ਸਭ ਦਾ ਬਾਪੂ ਅਖਵਾ ਗਿਆ ਤੇ ਮਰ ਕੋਈ ਹੋਰ ਹੀ ਜਾਂਦੇ ਆ ਮਰ ਕੋਈ ਹੋਰ ਹੀ ਜਾਂਦੇ ਆ ਜਿਹਦੇ ਚ ਖੋਟ ਨੀ ਚੰਦਾ ਨੋਟ ਜਿਹਦੇ ਵਿੱਚ ਘੁਸਦਾ ਨਹੀਂ ਗਾਉਂਦੀ ਜਿਹਦੇ ਚ ਨੀਂਦਾ ਨਹੀਂ ਗਾਉਂਦੀ ਮਾੜੀ ਸੋਚ ਪੈਰ ਦੀ ਮੋਚ ਬੰਦੇ ਨੂੰ ਲੈ ਕੇ ਬਹਿ ਜਾਂਦੀ ਖੜੀ ਵਿੱਕੀ ਫੰਗ ਚੜੀ ਤੂੰ ਆਕੜ ਕਰਦਾ ਰਹਿਣਾ ਏ ਕਰਕੇ ਮੁਸ਼ ਖੜੀ ਵਿੱਕੀ ਫੰਗ ਚੜੀ ਤੂੰ ਆਕੜ ਕਰ
ਕਰਦਾ ਰਹਿਣਾ ਏ ਤੂੰ ਅਸਰ ਕਰਦਾ ਰਹਿਣਾ ਏ ਤੂੰ ਅਸਰ ਕਰਦਾ ਰਹਿਣਾ ਏ ਨਾ ਕੁਝ ਲੈ ਕੇ ਆਇਆ ਨਾ ਲੈ ਕੇ ਜਾਣਾ ਐਵੇਂ ਹੀ ਮਰਦਾ ਰਹਿਣਾ ਏ ਐਵੇਂ ਹੀ ਮਰਦਾ ਰਹਿਣਾ ਏ ਜਿਹਦੇ ਵਿੱਚ ਖੋਲ ਅਰੇ ਬਾਬਾ ਜੀ ਅੰਗਰੇਜ਼ ਤੁਹਾਡਾ ਮੈਂ ਬਹੁਤ ਬਹੁਤ ਸਤਿਕਾਰ ਜ਼ੋਰਦਾਰ ਕਰੇ ਲਾਇਓ ਜੇਬ ਖੋਲ ਲਈ ਹੈ ਦਰਸ਼ਨ ਸਿੰਘ ਜੀ ਨੰਬਰਦਾਰ ਸਾਹਿਬ ਸਾਡੇ ਬਾਬਾ ਜੀ ਵੱਡੇ ਆਉਣ ਵੱਡੇ ਕਹਿੰਦਾ ਕਿ ਇੱਕ ਤੇਰਾ ਲੱਖ ਵਰਗਾ ਬਾਕੀ ਮੋੜ ਜੇਬ ਚ ਪਾ ਪਰਮਾਤਮਾ ਨੇ ਵੇਲ ਵਜਾਵੇ ਆਏ ਆਪ ਵਾਲੇ ਆਗੂ ਇਹਨਾਂ ਨੂੰ ਵੀ ਹੱਥ ਪਾਵੇ ਆਪਦੀ 1 2 3 ਤਾਂ ਡੰਡ ਨਿਕਲ ਬੋਲੋ ਪੂਰਾ ਹੀ ਬੋਲੋ ਮੋਟਾ ਨਹੀਂ ਖਾਣਾ ਚਾਹੀਦਾ ਹੋ ਮੋਟਾ ਖਾਣਾ ਚਾਹੀਦਾ ਜਿਹੜਾ ਨਾ ਸਦੇ ਆਖੇ ਨਾ ਲੱਗੇ ਉਹਦੇ ਨਹੀਂ ਜਾਣਾ ਚਾਹੀਦਾ ਸਾਡੀ ਨਾਲ।